ਸਤਿ ਸ਼੍ਰੀ ਅਕਾਲ 30 ਮਿੰਟ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਸ਼ੈਰੀ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹਾਂ। 30 ਮਿੰਟ ਦੇ ਇਸ ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਸੁਰਖੀਆਂ। ਪੰਜਾਬ ਦੇ ਕੈਬਨਿਟ ਵਜ਼ੀਰ ਤੋਤਾ ਸਿੰਘ ਪਹੁੰਚੇ ਨਿਊਯਾਰਕ, ਅਕਾਲੀ ਲੀਡਰਸ਼ਿਪ ਦੇ ਨਾਲ ਕੀਤੀ ਮੀਟਿੰਗ। ਗੁਰਦੁਆਰਾ ਕਲਚਰਲ ਸੁਸਾਇਟੀ ਨਿਊਯਾਰਕ ਵੱਲੋਂ ਗੁਰਮਤਿ ਕੈਂਪ ਦਾ ਕੀਤਾ ਗਿਆ ਆਯੋਜਨ। ਨਿਊਯਾਰਕ 'ਚ ਮਨਾਇਆ ਗਿਆ ਤੀਆਂ ਦਾ ਮੇਲਾ, ਵੱਡੀ ਗਿਣਤੀ 'ਚ ਮੁਟਿਆਰਾਂ ਨੇ ਲਿਆ ਹਿੱਸਾ। ਜੋ ਸ਼ੁਰੂਆਤ ਕਰ ਲੈਂਦੇ ਹਾਂ, ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਤੋਤਾ ਸਿੰਘ ਨਿਊਯਾਰਕ ਪਹੁੰਚੇ, ਜਿੱਥੇ ਉਹਨਾਂ ਨੇ ਅਮਰੀਕਾ ਦੇ ਅਕਾਲੀ ਲੀਡਰਾਂ ਦੇ ਨਾਲ ਮੀਟਿੰਗ ਕੀਤੀ। ਜਿਵੇਂ ਜਿਵੇਂ ਪੰਜਾਬ ਦੀਆਂ 2017 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਉਵੇਂ ਉਵੇਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਪ੍ਰਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਲਭਾਉਣ ਦੇ ਲਈ ਅੱਜ ਕੱਲ੍ਹ ਕਈ ਅਕਾਲੀ ਦਲ ਪਾਰਟੀ ਦੇ ਨਾਲ ਸੰਬੰਧਿਤ ਲੀਡਰਸ ਇਨੀ ਦਿਨੀ ਅਮਰੀਕਾ ਦੇ ਵਿੱਚ ਆਏ ਹੋਏ ਨੇ। ਇਸੇ ਤਹਿਤ ਪੰਜਾਬ ਦੇ NRI ਮਾਮਲਿਆਂ ਦੇ ਮੰਤਰੀ ਤੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਤੋਤਾ ਸਿੰਘ ਇਨੀ ਦਿਨੀ ਅਮਰੀਕਾ ਵਿੱਚ ਆਏ ਹੋਏ ਨੇ, ਜਿਸ ਤਹਿਤ ਉਹ 18 ਜੁਲਾਈ ਨੂੰ ਨਿਊਯਾਰਕ ਪਹੁੰਚੇ ਤੇ ਉਹਨਾਂ ਨੇ ਅਮਰੀਕਾ ਵਿੱਚ ਅਕਾਲੀ ਦਲ ਪਾਰਟੀ ਦੇ ਅਹੁਦੇਦਾਰਾਂ ਨਾਲ ਇੱਕ ਖਾਸ ਮੀਟਿੰਗ ਰਿਚਮੰਡ ਹਿੱਲ ਦੇ ਰਾਇਲ ਪੈਲਸ ਵਿੱਚ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਤੋਤਾ ਸਿੰਘ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨਾਲ ਮਿਲਣ ਦਾ ਫੈਸਲਾ ਇਸ ਲਈ ਕੀਤਾ ਗਿਆ ਕਿਉਂਕਿ ਉਹਨਾਂ ਦੀ ਪਾਰਟੀ ਖਿਲਾਫ ਉਹਨਾਂ ਦੇ ਵਿਰੋਧੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਕਾਫੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਡੇ ਬਾਰੇ ਬੜੇ ਗਲਤ ਭੁਲੇਖੇ ਆ, ਸਾਡੀ ਸਰਕਾਰ ਬਾਰੇ, ਸਾਡੀ ਪਾਰਟੀ ਬਾਰੇ ਲੋਕਾਂ ਜਾ ਕੇ ਦੱਸੇ ਜਾਣ ਵਿਦੇਸ਼ਾਂ ਜਾ ਕੇ, ਉਸ ਨੂੰ ਮੁੱਖ ਰੱਖ ਕੇ ਤੁਹਾਡੇ ਦਰਸ਼ਨ ਕਰਨ ਆਏ ਹਾਂ। ਮਾਸਟਰ ਮੋਹਿੰਦਰ ਸਿੰਘ ਨੇ ਜਥੇਦਾਰ ਤੋਤਾ ਸਿੰਘ ਉਹਨਾਂ ਦੇ ਸਾਹਮਣੇ ਅਮਰੀਕਨ ਸਿੱਖਾਂ ਨੂੰ ਆਉਂਦੀਆਂ ਕਈ ਪ੍ਰੋਬਲਮਸ ਤੇ ਚਾਨਣ ਪਾਇਆ ਤੇ ਜਿਨ੍ਹਾਂ ਵਿੱਚ ਪਾਸਪੋਰਟ ਦੀ ਪ੍ਰੋਬਲਮ ਵੱਡੀ ਚਿੰਤਾ ਦਾ ਵਿਸ਼ਾ ਰਹੀ। ਪੰਜਾਬ ਦੇ ਜਿੰਨੇ ਪਾਰਲੀਮੈਂਟ ਦੇ ਮੈਂਬਰ ਨੇ ਉਹਨਾਂ ਨੂੰ ਉਠਾਉਣੀ ਚਾਹੀਦੀ ਪਾਰਲੀਮੈਂਟ ਦੇ ਵਿੱਚ, ਭਈ ਜਿਨ੍ਹਾਂ ਦਾ ਕੋਈ ਰੈਕਡ ਨਹੀਂ, ਕ੍ਰਿਮੀਨਲ ਰੈਕਡ ਨਹੀਂ ਹੈ, ਔਰ ਜਿਨ੍ਹਾਂ ਨੇ ਕਿਸੇ ਐਕਟੀਵਿਟੀ ਦੇ ਵਿੱਚ ਕੋਈ ਹਿੱਸਾ ਨਹੀਂ ਲਿਆ, ਉਹਨਾਂ ਨੂੰ ਇੱਕ ਜਨਰਲ ਮਾਫੀ ਵਜੋਂ ਪਾਸਪੋਰਟ ਜਿਹੜੇ ਨੇ ਇਸ਼ੂ ਕਰ ਦੇਣੇ ਚਾਹੀਦੇ। ਇਸ ਮੌਕੇ ਤੇ ਕਈ ਪੰਥਕ ਜਥੇਬੰਦੀਆਂ ਤੇ ਹੋਰ ਸਿੱਖਾਂ ਵੱਲੋਂ ਜਥੇਦਾਰ ਤੋਤਾ ਸਿੰਘ ਹੁਣਾਂ ਦੀ ਇਸ ਮੀਟਿੰਗ ਦਾ ਕਾਫੀ ਵਿਰੋਧ ਵੀ ਕੀਤਾ ਗਿਆ। ਰੋਸ ਪ੍ਰਦਰਸ਼ਨ ਕਰਨ ਵਾਲੇ ਸਿੱਖਾਂ ਦੀ ਗਿਣਤੀ ਮੀਟਿੰਗ ਵਿੱਚ ਸ਼ਾਮਲ ਹੋਏ ਅਕਾਲੀ ਵਰਕਰਾਂ ਤੋਂ ਜ਼ਿਆਦਾ ਸੀ। ਇਸ ਵਿਰੋਧ ਕਾਰਨ ਅਕਾਲੀ ਦਲ ਨਿਊਯਾਰਕ ਦੇ ਪ੍ਰਧਾਨ ਰਘਬੀਰ ਸਿੰਘ ਸੁਬਾਨਪੁਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਨਾਲ ਸਿੱਖਾਂ ਦਾ ਅਕਸ ਦੂਸਰੀਆਂ ਕਮਿਊਨਿਟੀਜ਼ ਵਿੱਚ ਮਾੜਾ ਹੁੰਦਾ, ਇਸ ਤਰ੍ਹਾਂ ਸਿੱਖੀ ਨੂੰ ਢਾਹ ਲੱਗਦੀ ਹੈ। ਸਾਨੂੰ ਹਰ ਹੱਕ ਉਹ ਮਿਲੇ ਜੋ NRI ਨੂੰ ਮਿਲਣਾ ਚਾਹੀਦਾ ਹੈ। ਅਸੀਂ ਵੀ ਚਾਹੁੰਦੇ ਹਾਂ ਸਾਡੀਆਂ ਜੋ ਵੀ ਜ਼ਰੂਰਤਾਂ ਹਨ, ਜ਼ਮੀਨਾਂ ਦੀਆਂ ਜਾਂ ਕਿਸੇ ਤਰ੍ਹਾਂ ਦੀਆਂ ਵੀ ਸਾਡੀਆਂ, ਉਹ ਪਹਿਲ ਦੇ ਆਧਾਰ 'ਤੇ ਹੋਣੀਆਂ ਹੱਲ ਚਾਹੀਦੀਆਂ ਹਨ ਜੋ ਬਾਦਲ ਸਰਕਾਰ ਕਰ ਰਹੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਕਾਲੀ ਦਲ ਦੇ ਮੰਤਰੀਆਂ ਵੱਲੋਂ ਇਸ ਤਰ੍ਹਾਂ ਦੀਆਂ ਮੀਟਿੰਗਸ ਤੇ ਵਿਦੇਸ਼ੀ ਦੌਰੇ ਕਿਸ ਤਰ੍ਹਾਂ ਲਾਹੇਵੰਦ ਸਾਬਤ ਹੁੰਦੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ 2017 ਦੀਆਂ ਚੋਣਾਂ ਵਿੱਚ ਪਰਦੇਸੀ ਪੰਜਾਬੀ ਕਿਸ ਤਰ੍ਹਾਂ ਅਕਾਲੀ ਦਲ ਦੀ ਸਪੋਰਟ ਕਰਦੇ ਨੇ। ਪਰ ਅਕਾਲੀ ਦਲ ਪਾਰਟੀ ਦੀਆਂ ਮੀਟਿੰਗਸ ਦਾ ਵਿਰੋਧ ਜੇਕਰ ਇੱਦਾਂ ਹੀ ਹੁੰਦਾ ਰਿਹਾ ਤਾਂ ਅਕਾਲੀ ਦਲ ਪਾਰਟੀ ਨੂੰ ਇਹਨਾਂ ਮੰਤਰੀਆਂ ਦੇ ਵਿਦੇਸ਼ੀ ਦੌਰਿਆਂ ਬਾਰੇ ਮੁੜ ਤੋਂ ਵਿਚਾਰਨ ਦੀ ਲੋੜ ਹੈ। ਨਿਊਯਾਰਕ ਤੋਂ ਗਿਲ ਪ੍ਰਦੀਪ, ਗਲੋਬਲ ਪੰਜਾਬ TV। ਚੂੜੀਆਂ ਤੇ ਮਜਾਜਨ ਵਰਗੀਆਂ ਫਿਲਮਾਂ ਦੇ ਲਈ ਸਕ੍ਰਿਪਟ ਅਤੇ ਗੀਤ ਲਿਖਣ ਵਾਲੀ ਨਾਮਵਰ ਸ਼ਾਇਰਾ ਰੁਖਸਾਨਾ ਨੂਰ ਦੇ ਨਾਲ ਇੱਕ ਰੂਬਰੂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਚੂੜੀਆਂ ਤੇ ਮਜਾਜਨ ਵਰਗੀਆਂ ਲਹਿੰਦੇ ਪੰਜਾਬ ਦੀਆਂ ਪੰਜਾਬੀ ਫਿਲਮਾਂ ਲਈ ਸਕ੍ਰਿਪਟ ਅਤੇ ਗੀਤ ਲਿਖਣ ਵਾਲੀ ਸ਼ਾਇਰਾ ਰੁਖਸਾਨਾ ਨੂਰ ਦੇ ਨਾਲ ਇੱਕ ਰੂਬਰੂ ਪ੍ਰੋਗਰਾਮ ਸੈਨ ਫਰਾਂਸਿਸਕੋ ਦੇ ਲਾਵਾ ਰੈਸਟੋਰੈਂਟ ਵਿਖੇ ਪੰਜਾਬ ਲੋਕ ਰੰਗ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਾਹਿਤ, ਕਲਾ, ਗੀਤ, ਸੰਗੀਤ ਅਤੇ ਪੰਜਾਬੀ ਥੀਏਟਰ ਨਾਲ ਜੁੜੀਆਂ ਹੋਈਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਪੰਜਾਬ ਲੋਕ ਰੰਗ ਦੇ ਨਿਰਦੇਸ਼ਕ ਸੁਰਿੰਦਰ ਧਨੋਆ ਨੇ ਰੁਖਸਾਨਾ ਨੂਰ ਦੇ ਕਲਾਤਮਕ ਜੀਵਨ ਬਾਰੇ ਬੋਲਦਿਆਂ ਦੱਸਿਆ ਕਿ ਸਾਜੀਆਂ ਮਨਜ਼ੂਰ, ਨੂਰ ਜਹਾਂ, ਅਨਵਰ ਰਾਣਾ, ਮਹਿੰਦੀ ਹਸਨ,
ਗੁਲਾਮ ਅਲੀ ਅਤੇ ਨੁਸਰਤ ਸਾਹ ਵਰਗੀਆਂ ਅਮਰ ਆਵਾਜ਼ਾਂ ਲਈ ਆਪਣੀ ਸ਼ਾਇਰੀ ਦਾ ਰੰਗ ਵਿਖਾਉਣ ਵਾਲੀ ਰੁਖਸਾਨਾ ਨੂਰ ਦੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਮੁੱਚੀ ਪੰਜਾਬੀ ਬੇਹੱਦ ਮਾਣ ਕਰਦੇ ਨੇ। ਰੁਖਸਾਨਾ ਨੂਰ ਨੇ ਜਿੱਥੇ ਆਪਣੀਆਂ ਕੁਝ ਰਚਨਾਵਾਂ ਨੂੰ ਤਰੰਨਮ ਰੂਪ ਦੇ ਵਿੱਚ ਪੇਸ਼ ਕੀਤਾ, ਉੱਥੇ ਕੁਝ ਆਪਣੀਆਂ ਹੋਰ ਰਚਨਾਵਾਂ ਨੂੰ ਪੇਸ਼ ਕਰਕੇ ਲਾਹੌਰ, ਸਿਆਲਕੋਟ ਅਤੇ ਗੁਜਰਾਂਵਾਲਾ ਦੇ ਦਰਸ਼ਨ ਹੀ ਕਰਵਾ ਦਿੱਤੇ। ਜਿਹੜੇ ਕੰਨ ਨਹੀਂ ਤੋਤਲੀ ਹੇਕ ਸਹਿੰਦੇ ਉਹਨਾਂ ਵਾਸਤੇ ਵਾਲੀਆਂ ਸੌਂਦੀਆਂ ਨਹੀਂ, ਅਤੇ ਸਾਜ਼ੀਆਂ ਮਨਜ਼ੂਰ ਦੀ ਗਾਇਕੀ ਆਪਣੀ ਅਮਰ ਰਚਨਾ ਬੱਤੀਆਂ ਬੁਝਾਈ ਰੱਖਦੀ ਵੀ ਸਰੋਤਿਆਂ ਦੇ ਰੂਬਰੂ ਕੀਤਾ। ਪੰਜਾਬ ਲੋਕ ਰੰਗ ਦੇ ਬੁਲਾਰੇ ਅੰਮ੍ਰਿਤਪਾਲ ਸਰਾਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਰੁਖਸਾਨਾ ਦੀ ਸ਼ਾਇਰੀ ਦੀ ਸ਼ਾਮ ਦੇ ਵਿੱਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਸੈਨ ਫਰਾਂਸਿਸਕੋ, ਕੈਲੀਫੋਰਨੀਆ ਤੋਂ ਐਸ ਅਸ਼ੋਕ ਪੌਰਾ ਦੀ ਰਿਪੋਰਟ। ਪੰਜਾਬ ਦੇ ਖੇਤੀਬਾੜੀ ਅਤੇ ਐਨਆਰਆਈਜ਼ ਮਾਮਲਿਆਂ ਬਾਰੇ ਮੰਤਰੀ ਤੋਤਾ ਸਿੰਘ ਦੇ ਵੱਲੋਂ ਮੈਰੀਲੈਂਡ ਦੇ ਕੋਲੰਬੀਆ ਸ਼ਹਿਰ ਦੇ ਵਿੱਚ ਡੀਸੀ ਏਰੀਏ ਦੀ ਕਾਨਫਰੰਸ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਈ। ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਤੋਂ ਜਾਣੂ ਕਰਵਾਉਣ ਦੇ ਲਈ ਨਾਰਥ ਅਮਰੀਕਾ ਦੇ ਦੌਰੇ 'ਤੇ ਆਏ ਅਕਾਲੀ ਦਲ ਬਾਦਲ ਦੇ ਲੀਡਰਾਂ ਦਾ ਭਾਵੇਂ ਇੱਥੋਂ ਦੀਆਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਕਾਫੀ ਵਿਰੋਧ ਕੀਤਾ ਹੋਇਆ ਹੈ, ਅਤੇ ਕਈ ਥਾਈਂ ਇਹਨਾਂ ਦੇ ਪ੍ਰੋਗਰਾਮਾਂ ਨੂੰ ਪ੍ਰਬੰਧਕਾਂ ਵੱਲੋਂ ਜਾਂ ਲੀਡਰਾਂ ਵੱਲੋਂ ਰੱਦ ਵੀ ਕਰ ਦਿੱਤਾ ਗਿਆ। ਪਰ ਐਨਆਰਆਈਜ਼ ਮਾਮਲੇ ਅਤੇ ਖੇਤੀਬਾੜੀ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਦੀ ਮੈਰੀਲੈਂਡ ਦੇ ਕੋਲੰਬੀਆ ਸ਼ਹਿਰ ਦੇ ਵਿੱਚ ਡੀਸੀ ਏਰੀਆ ਦੇ ਅਕਾਲੀ ਲੀਡਰਾਂ ਅਤੇ ਵਰਕਰਾਂ ਵੱਲੋਂ ਰੱਖੀ ਗਈ ਕਾਨਫਰੰਸ ਸੌਖੀ ਸੰਦ ਸੰਪੰਨ ਹੋ ਗਈ। ਇਸ ਕਾਨਫਰੰਸ ਵਿੱਚ ਜਿੱਥੇ ਅਕਾਲੀ ਵਰਕਰਾਂ ਨੇ ਭਰਵੀਂ ਗਿਣਤੀ ਵਿੱਚ ਹਾਜ਼ਰੀ ਭਰੀ, ਉੱਥੇ ਵੱਖ ਵੱਖ ਗੁਰਦੁਆਰਿਆਂ ਦੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ, ਮੈਰੀਲੈਂਡ ਦੇ ਸਿੱਖ ਨੌਜਵਾਨਾਂ ਅਤੇ ਨੁਮਾਇੰਦਿਆਂ ਅਤੇ ਹੋਰ ਸਿੱਖ ਸੰਸਥਾਵਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਕਾਨਫਰੰਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਵੇਰਵੇ ਅੰਕੜਿਆਂ ਸਹਿਤ ਬਿਆਨਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਐਨਆਰਆਈਜ਼ ਦੀਆਂ ਜਾਇਦਾਦਾਂ ਦੀ ਸੁਰੱਖਿਆ ਦੇ ਲਈ ਪੰਜਾਬ ਸਰਕਾਰ ਨੇ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਨੇ, ਅਤੇ ਜ਼ਮੀਨਾਂ ਦੀ ਵੰਡ ਦੇ ਲਈ ਵੀ ਮਾਲ ਮਹਿਕਮੇ ਨੂੰ ਵਿਸ਼ੇਸ਼ ਹੁਕਮ ਦਿੱਤੇ ਗਏ ਨੇ। ਇਸ ਸਮੁੱਚੀ ਕਾਨਫਰੰਸ ਦੀ ਸਟੇਜੀ ਕਾਰਵਾਈ ਹਰਭਜਨ ਸਿੰਘ ਅਤੇ ਸੀਨੀਅਰ ਅਕਾਲੀ ਲੀਡਰ ਸਤਪਾਲ ਸਿੰਘ ਬਰਾੜ ਅਤੇ ਹੋਰ ਲੀਡਰਾਂ ਨੇ ਅਕਾਲੀ ਦਲ ਦੇ ਪੁਨਰ ਗਠਨ ਦੇ ਵਿੱਚ ਆਪਣੀਆਂ ਦਾਅਵੇਦਾਰੀਆਂ ਜਤਾਈਆਂ। ਇਹ ਸਾਰੀ ਮੀਟਿੰਗ ਜਿਹੜੀ ਹੋਈ ਆ ਸਰਦਾਰ ਹਰਬੰਸ ਸਿੰਘ ਸੰਧੂ ਜੀ ਦੇ ਘਰ ਹੋਈ ਆ, ਉਹਨਾਂ ਸਾਰਾ ਪ੍ਰਬੰਧ ਕੀਤਾ, ਔਰ ਅਕਾਲੀ ਦਲ ਦੀ ਇਹ ਮੀਟਿੰਗ ਜਿਹੜੀ ਆ ਬੜੀ ਸਕਸੈਸਫੁੱਲ ਆ। ਸਾਡਾ ਮਿਸ਼ਨ ਇੱਥੇ ਇਹੀ ਸੀ ਆਉਣ ਦਾ ਕਿ ਕੁਝ ਮੀਡੀਆ ਬੜਾ ਸਤਿਕਾਰਯੋਗ ਆ, ਪਰ ਉਹਦੇ 'ਚ ਕੁਝ ਹਿੱਸਾ ਐਸਾ ਜਿਹੜਾ ਜਾਣ ਬੁੱਝ ਕੇ ਸਾਡੇ ਵਿਰੋਧੀ ਆ, ਪ੍ਰਚਾਰ ਕਰਦੇ ਸਾਡੇ ਖਿਲਾਫ਼ ਬਹੁਤ ਜ਼ਿਆਦਾ ਬੇਲੋੜਾ ਪ੍ਰਚਾਰ। ਜੇ ਕਹਿੰਦੇ ਐੱਨ ਆਰ ਆਈ ਤਾਂ ਉੱਥੇ ਸੁਣਵਾਈ ਹੈ ਨਹੀਂ ਕੋਈ, ਉੱਥੇ ਐੱਨ ਆਰ ਆਈ ਦੀ ਜ਼ਮੀਨਾਂ ਨੂੰ ਕਮਾਂਡ ਨਹੀਂ ਦਿੰਦਾ, ਉੱਥੇ ਜਾਂਦਿਆਂ ਦੇ ਪਰਚੇ ਹੋ ਜਾਂਦੇ ਆ, ਉਹ ਸਾਰਾ ਹੀ ਦੱਸਣਾ ਹੈ ਵੀ ਪੰਜਾਬ ਸਰਕਾਰ ਐੱਨ ਆਰ ਆਈ ਦੇ ਨਾਲ ਖੜੀ ਆ। ਐੱਨ ਆਰ ਆਈ ਭਰਾਵਾਂ ਵੱਲੋਂ ਜੋ ਪੇਸ਼ ਆ ਰਹੀਆਂ ਉਹਨਾਂ ਨੂੰ ਮੁਸ਼ਕਲਾਂ ਨੂੰ ਸਾਲਵ ਕਰਨ ਲਈ ਜੋ ਅਭਿਆਨ ਚਲਾ ਰਿਹਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ, ਉਹਦੇ ਡਿਟੇਲ ਦੇ ਨਾਲ ਜੋ ਦੱਸਿਆ ਗਿਆ, ਔਰ ਜਿਸ ਤਰ੍ਹਾਂ ਸੰਗਤ ਨੇ ਇਕੱਠੇ ਹੋ ਕੇ ਬੜੇ ਲੇਟ ਤਕਰੀਬਨ 10 ਵੱਜ ਗਏ ਆ, ਐਡਾ ਵੱਡਾ ਹੰਗਾਰਾ ਦਿੱਤਾ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗਲੋਬਲ ਪੰਜਾਬ ਟੀਵੀ ਦੇ ਲਈ ਮੈਰੀਲੈਂਡ ਤੋਂ ਸੁਖਪਾਲ ਧਨੋਵਾ ਦੀ ਰਿਪੋਰਟ। ਵਿਦੇਸ਼ਾਂ 'ਚ ਸਿੱਖ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਮਕਸਦ ਦੇ ਨਾਲ ਗੁਰਦੁਆਰਾ ਕਲਚਰਲ ਸੁਸਾਇਟੀ ਨਿਊਯਾਰਕ ਦੇ ਵੱਲੋਂ ਲਗਾਇਆ ਗੁਰਮਤ ਕੈਂਪ ਬੜੀ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ ਹੈ, ਜਿੱਥੇ ਕਿ 300 ਦੇ ਕਰੀਬ ਬੱਚੇ ਗੁਰਮਤ ਗਿਆਨ ਪ੍ਰਾਪਤ ਕਰ ਰਹੇ ਨੇ। ਬਾਹਰਲੇ ਮੁਲਕਾਂ ਵਿੱਚ ਮਾਪਿਆਂ ਨੂੰ ਹਮੇਸ਼ਾ ਹੀ ਇਹ ਗੱਲ ਦੀ ਫਿਕਰ ਰਹਿੰਦੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਗੁਰਮਤ ਨਾਲ ਕਿਵੇਂ ਜੋੜਿਆ ਜਾ ਸਕੇ। ਉਹਨਾਂ ਦੀ ਇਸ ਫਿਕਰ ਨੂੰ ਕਾਫ਼ੀ ਹੱਦ ਤੱਕ ਗੁਰਦੁਆਰਾ ਕਮੇਟੀਆਂ ਵੱਲੋਂ ਲਾਏ ਜਾਂਦੇ ਗੁਰਮਤ ਕੈਂਪ ਘੱਟ ਕਰ ਦਿੰਦੇ ਨੇ। ਹਰ ਸਾਲ ਦੀ ਤਰ੍ਹਾਂ ਜੂਨ ਜੁਲਾਈ ਦੇ ਮਹੀਨੇ ਵਿੱਚ ਗੁਰਮਤ ਕੈਂਪ ਲਗਾਏ ਜਾਂਦੇ ਨੇ। ਇਸੇ ਤਹਿਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵੱਲੋਂ ਵੀ 29 ਜੂਨ ਤੋਂ ਲੈ ਕੇ 24 ਜੁਲਾਈ ਤੱਕ ਬੱਚਿਆਂ ਦਾ ਗੁਰਮਤ ਕੈਂਪ ਬੜੀ ਹੀ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ, ਜਿਸ ਵਿੱਚ 300 ਦੇ ਕਰੀਬ ਬੱਚੇ ਗੁਰਮਤ ਪ੍ਰਾਪਤ ਕਰ ਰਹੇ ਨੇ। ਇਸ ਗੁਰਮਤ ਕੈਂਪ ਵਿੱਚ ਬੱਚੇ ਜਪਜੀ ਸਾਹਿਬ ਜੀ ਦਾ ਪਾਠ, ਸ਼ਬਦ ਕੀਰਤਨ ਅਤੇ ਅਰਦਾਸ ਕਰਦੇ ਹਨ। ਉਸ ਤੋਂ ਬਾਅਦ ਬੱਚੇ ਪੰਗਤਾਂ ਵਿੱਚ ਬੈਠ ਕੇ ਨਾਸ਼ਤਾ ਕਰਦੇ ਹਨ, ਜਿਸ ਵਿੱਚ ਬੱਚਿਆਂ ਦੇ ਪਸੰਦ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਨੂੰ ਛਕਾਈਆਂ ਜਾਂਦੀਆਂ ਨੇ।
ਨਾਸ਼ਤੇ ਤੋਂ ਬਾਅਦ ਬੱਚਿਆਂ ਨੂੰ ਕਲਾਸਾਂ ਵਿੱਚ ਬਿਠਾ ਕੇ ਪੰਜਾਬੀ ਭਾਸ਼ਾ ਅਤੇ ਗੁਰਮਤਿ ਦੀ ਸਿੱਖਿਆ ਦਿੱਤੀ ਜਾਂਦੀ ਹੈ। ਜਦ ਬੱਚੇ ਤੋਤਲੀ ਆਵਾਜ਼ ਵਿੱਚ ਪਾਠ ਕਰਦੇ ਹਨ ਤਾਂ ਸਭ ਨੂੰ ਬੜੇ ਚੰਗੇ ਲੱਗਦੇ ਹਨ। ਇਹਨਾਂ ਕਲਾਸਾਂ ਨੂੰ ਚਲਾਉਣ ਵਿੱਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਯੋਗਦਾਨ ਹੈ। ਇਹ ਸਾਡੇ ਟ੍ਰਾਈ ਸਟੇਟ ਦੇ ਕੇਂਦਰੀ ਸਥਾਨ ਦੇ ਵਿੱਚ ਜਿੱਥੇ ਸਾਡੀ ਸਿੱਖੀ ਨੂੰ ਉਹਦੇ ਬੂਟੇ ਨੂੰ ਪ੍ਰਫੁੱਲਤ ਕਰਨ ਵਾਸਤੇ ਮੈਂ ਸਮਝਦਾ ਕਿ ਸਮੂਹ ਮਾਈ ਭਾਈ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ, ਜਿਹੜੇ ਆਪਣੇ ਬੱਚਿਆਂ ਨੂੰ ਸਵੇਰੇ ਇਸ ਗੁਰੂ ਘਰ ਦੇ ਵਿੱਚ ਲੈ ਕੇ ਆਉਂਦੇ ਨੇ ਅਤੇ ਗੁਰਮਤਿ ਦੀ ਪੜ੍ਹਾਈ ਉਹਨਾਂ ਨੂੰ ਕਰਾਈ ਜਾਂਦੀ ਹੈ, ਜਿਹਦੇ ਨਾਲ ਉਹ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣਗੇ। ਬੱਚਿਆਂ ਵਿੱਚ ਵੀ ਇਸ ਗੁਰਮਤਿ ਕੈਂਪ ਵਿੱਚ ਸ਼ਾਮਲ ਹੋ ਕੇ ਕਾਫ਼ੀ ਖੁਸ਼ੀ ਪਾਈ ਗਈ। ਉਹਨਾਂ ਵਿੱਚ ਉਤਸ਼ਾਹ ਦੇਖਿਆ ਹੀ ਬਣਦਾ ਸੀ। ਕੀ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ? ਕੰਘਾ ਹੈ ਸਾਡੀ ਕਿਸਾਨ ਦੀ ਸੰਭਾਲ ਲਈ, ਕੜਾ ਹੈ ਇਹਨੂੰ ਬਚਾਉਂਦਾ ਬੁਰੇ ਕੰਮਾਂ ਤੋਂ, ਕਿਰਪਾਨ ਹੈ ਸਾਡੀ ਰਕਸ਼ਾ ਲਈ, ਕਿਸ਼ਹਿਰਾ ਹੈ ਜੱਤ ਦੀ ਨਿਸ਼ਾਨੀ। ਬੱਚਿਆਂ ਨੂੰ ਇਹਨਾਂ ਕੈਂਪਾਂ ਵਿੱਚ ਸਿਖਲਾਈ ਦੇ ਕੇ ਟੀਚਰਸ ਵੀ ਕਾਫ਼ੀ ਉਤਸ਼ਾਹਿਤ ਨੇ। ਜਿਹੜੇ ਬੱਚੇ ਗੁਰਮਤਿ ਕੈਂਪ ਵਿੱਚ ਆ ਰਹੇ ਹਨ ਉਹਨਾਂ ਤੋਂ ਸਭ ਨੂੰ ਬੜਾ ਰਿਸਪੋਂਸ ਮਿਲਿਆ ਹੈ, ਸਾਨੂੰ ਖੁਦ ਨੂੰ ਬੜਾ ਰਿਸਪੋਂਸ ਹੈ, ਅਸੀਂ ਆਪ ਬੜੇ ਖੁਸ਼ ਹਾਂ ਔਰ ਸਾਰੇ ਬੱਚਿਆਂ ਦੇ ਪੇਰੈਂਟਸ ਬਹੁਤ ਖੁਸ਼ ਹਨ। ਅੱਜ ਦੇ ਸਮੇਂ ਵਿੱਚ ਲੋੜ ਹੈ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਤਰ੍ਹਾਂ ਦੇ ਗੁਰਮਤਿ ਕੈਂਪਾਂ ਵਿੱਚ ਲਿਆਉਣ ਦੀ, ਤਾਂ ਜੋ ਪ੍ਰਦੇਸ਼ਾਂ ਵਿੱਚ ਰਹਿੰਦੇ ਹੋਏ ਆਪਣੀ ਬੋਲੀ ਅਤੇ ਆਪਣੇ ਧਰਮ ਨਾਲ ਬੱਚਿਆਂ ਨੂੰ ਜੋੜਿਆ ਜਾ ਸਕੇ। ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਹੀ ਭਵਿੱਖ ਵਿੱਚ ਪੰਜਾਬੀਅਤ ਬਾਹਰਲੇ ਮੁਲਕਾਂ ਵਿੱਚ ਬਚ ਸਕਦੀ ਹੈ। ਗੁਰਦੁਆਰਾ ਕਮੇਟੀਆਂ ਦਾ ਇਸ ਤਰ੍ਹਾਂ ਦੇ ਕੈਂਪ ਲਗਾਉਣ ਵਿੱਚ ਸਮੂਹ ਸਾਧ ਸੰਗਤ ਨੂੰ ਤਨੋ ਮਨੋ ਅਤੇ ਤਨੋ ਸਾਥ ਦੇਣਾ ਚਾਹੀਦਾ ਹੈ। ਕਿਲ ਪ੍ਰਦੀਪ ਦੇ ਨਾਲ ਅਰਸ਼ਦੀਪ ਸਿੰਘ, ਨਿਊਯਾਰਕ। ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਵੱਲੋਂ 7ਵਾਂ ਸਲਾਨਾ ਭੰਗੜੇ ਦਾ ਸ਼ਾਨਦਾਰ ਮੁਕਾਬਲਾ ਲੋਗਨ ਹਾਈ ਸਕੂਲ ਹੇਵਰਡਸ ਵਿਖੇ ਕਰਵਾਇਆ ਗਿਆ, ਜਿੱਥੇ ਅਮਰੀਕਾ ਕੈਨੇਡਾ ਦੇ ਬੱਚਿਆਂ ਦੇ ਲਈ ਪ੍ਰੀ ਮੀਟ ਫੰਕਸ਼ਨ ਰਾਜਾ ਸਵੀਟਸ ਦੇ ਹਾਲ ਦੇ ਵਿੱਚ ਕਰਵਾਇਆ ਗਿਆ। ਪੰਜਾਬੀ ਕਲਚਰਲ ਐਸੋਸੀਏਸ਼ਨ PCA ਜਿਨ੍ਹਾਂ ਵੱਲੋਂ 7ਵਾਂ ਸਲਾਨਾ ਗਿੱਧੇ ਭੰਗੜੇ ਦਾ ਸ਼ਾਨਦਾਰ ਮੁਕਾਬਲਾ ਲੋਗਨ ਹਾਈ ਸਕੂਲ ਵਿਖੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਕਰਵਾਇਆ ਗਿਆ। ਇਸੇ ਮੁਕਾਬਲੇ ਦੇ ਸੰਬੰਧਿਤ ਇਸ ਸਮਾਗਮ 'ਚ ਹਿੱਸਾ ਲੈਣ ਲਈ ਅਮਰੀਕਾ ਕੈਨੇਡਾ ਦੇ ਦੂਰ ਦੁਰਾਡੇ ਦੇ ਸ਼ਹਿਰਾਂ ਤੋਂ ਪਹੁੰਚੇ ਬੱਚਿਆਂ ਨੇ ਮਨੋਰੰਜਨ ਲਈ ਇੱਕ ਪ੍ਰੀ ਮੀਟ ਫੰਕਸ਼ਨ ਰਾਜਾ ਸਵੀਟਸ ਦੇ ਖੁੱਲ੍ਹੇ ਖੂਬਸੂਰਤ ਹਾਲ ਬੇ ਏਰੀਆ ਦੇ ਹੇਵਰਡ ਸ਼ਹਿਰ ਦੇ ਵਿੱਚ ਕਰਵਾਇਆ ਗਿਆ, ਜਿੱਥੇ ਬੱਚਿਆਂ ਅਤੇ ਮਾਪਿਆਂ ਦੇ ਨਾਲ ਭਰੇ ਇਸ ਹਾਲ ਵਿੱਚ ਬੱਚਿਆਂ ਨੇ ਜੋ ਗਿੱਧੇ ਭੰਗੜੇ ਦੇ ਜ਼ੋਹਰ ਵਿਖਾਏ ਉਹ ਵਾਕਈ ਕਾਬਿਲੇ ਤਾਰੀਫ ਸੀ। ਇਸ ਪੂਰੇ ਸਮਾਗਮ ਦਾ ਸਟੇਜ ਸੰਚਾਲਨ PCA ਦੇ ਮੋਢੀ ਮੈਂਬਰ ਮਿੱਕੀ ਸਰਾ ਨੇ ਬਾਖੂਬੀ ਕੀਤਾ ਅਤੇ ਇਸ ਮੌਕੇ ਉੱਗੀ ਸਟੇਜ ਹੋਸਟ ਆਸ਼ਾ ਸ਼ਰਮਾ ਵੀ ਮਹਿਮਾਨ ਤੌਰ ਤੇ ਪਹੁੰਚੇ। ਉਹਨਾਂ ਵੀ ਆਪਣੀ ਸ਼ੇਰੋ ਸ਼ਾਇਰੀ ਅੰਦਾਜ਼ ਦੇ ਨਾਲ ਸਟੇਜ ਤੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਜੇਤੂ ਟੀਮਾਂ ਨੂੰ PCA ਮੈਂਬਰਾਂ ਵੱਲੋਂ ਇਨਾਮ ਦੇ ਕੇ ਨਵਾਜ਼ਿਆ ਗਿਆ। ਇਹ ਇਨਾਮ ਵੀ ਭੈਣ ਜੀ ਆਸ਼ਾ ਵਰਮਾ ਨੇ ਆਪਣੇ ਕਾਰ ਕਮਲਾਂ ਦੇ ਨਾਲ ਵੰਡੇ। ਇਸ ਮੌਕੇ PCA ਫਰੀਜ਼ਨੋ ਇਕਾਈ ਦੇ ਮੈਂਬਰ ਵੀ ਸਮਾਗਮ 'ਚ ਮੌਜੂਦ ਸਨ। ਅਖੀਰ ਨੂੰ ਅਮਿੱਟ ਪੈਣਾ ਛੱਡਦਾ ਮਿਊਜ਼ੀਕਲ ਚਿਹਰਾ ਅਤੇ ਦਿਲਕਸ਼ ਮੁਕਾਬਲਿਆਂ ਨਾਲ ਸਵਾਦਿਸ਼ਟ ਰਾਤਰੀ ਦੇ ਭੋਜਨ ਦੇ ਨਾਲ ਇਹ ਸਮਾਗਮ ਯਾਦਗਾਰੀ ਹੋਣੇ ਬੜਿਆ। ਬੇ ਏਰੀਆ ਤੋਂ ਨੀਟਾ ਮਾਛੀਕੇ ਦੀ ਰਿਪੋਰਟ। ਜੋ 30 ਮਿੰਟਸ ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਕਿਤੇ ਨਾ ਜਾਣਾ ਕਿਉਂਕਿ ਜਲਦ ਹਾਜ਼ਰ ਹੁੰਦੇ ਹਾਂ ਕੁਝ ਹੋਰ ਖ਼ਬਰਾਂ ਲੈ ਕੇ।
ਬ੍ਰੇਕ ਤੋਂ ਬਾਅਦ ਫਿਰ ਤੋਂ 30 ਮਿੰਟਸ ਦੇ ਵਿੱਚ ਸਭ ਦਾ ਸਵਾਗਤ ਹੈ। ਸਤਨਾਮ ਸਿੰਘ ਪਰਹਾਰ ਜੋ ਕਿ ਨਿਊਯਾਰਕ ਦੇ ਜ਼ਿਲ੍ਹਾ 23 ਦੇ ਸਿਟੀ ਕਾਉਂਸਲ ਚੋਣਾਂ ਡੈਮੋਕ੍ਰੇਟਿਕ ਪਾਰਟੀ ਦੇ ਵੱਲੋਂ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਖੜ੍ਹੇ ਹੋਏ ਨੇ, ਜਿਨ੍ਹਾਂ ਵਾਸਤੇ ਫੰਡ ਜੁਟਾਉਣ ਦੇ ਲਈ ਸ਼ਾਹੀ ਦਰਬਾਰ ਰੈਸਟੋਰੈਂਟ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਸਤਨਾਮ ਸਿੰਘ ਪਰਹਾਰ ਨਿਊਯਾਰਕ ਵਿੱਚ ਵਸਦੇ ਪੰਜਾਬੀਆਂ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ। ਉਹ IALI ਯਾਨੀ ਕਿ ਇੰਡੀਅਨ ਐਸੋਸੀਏਸ਼ਨ ਆਫ ਲੌਂਗ ਆਈਲੈਂਡ ਦੇ ਮੌਜੂਦਾ ਪ੍ਰੈਜ਼ੀਡੈਂਟ ਵੀ ਨੇ ਤੇ ਤਕਰੀਬਨ 40 ਸਾਲਾਂ ਤੋਂ ਨਿਊਯਾਰਕ ਵਿੱਚ ਰਹਿ ਰਹੇ ਨੇ। ਪੰਜਾਬੀਆਂ ਦੇ ਇਸ਼ੂਸ ਤੇ ਪ੍ਰੋਬਲਮਸ ਨੂੰ ਹੱਲ ਕਰਨ ਲਈ ਹੁਣ ਉਹ ਪੋਲੀਟੀਕਲ ਲੈਵਲ ਤੇ ਵੋਟਾਂ ਵਿੱਚ ਖੜੇ ਹੋਏ ਨੇ। ਉਹ ਡਿਸਟ੍ਰਿਕਟ 23 ਤੋਂ ਸਿਟੀ ਕਾਉਂਸਲ ਦੀ ਚੋਣ ਵਿੱਚ ਡੈਮੋਕ੍ਰੇਟ ਪਾਰਟੀ ਵੱਲੋਂ ਪ੍ਰਾਇਮਰੀ ਇਲੈਕਸ਼ਨ 'ਚ ਖੜੇ ਹੋਏ ਨੇ। ਇਹ ਇਲੈਕਸ਼ਨ ਆਉਣ ਵਾਲੀ 10 ਸਪਟੰਬਰ ਨੂੰ ਹੋਣਗੇ। ਇਸੇ ਸਬੰਧ ਵਿੱਚ ਸ਼ਾਹੀ ਦਰਬਾਰ ਰੈਸਟੋਰੈਂਟ 'ਚ ਉਹਨਾਂ ਲਈ ਇੱਕ ਫੰਡ ਰੇਜ਼ਿੰਗ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਭਾਰਤੀ ਭਾਈਚਾਰੇ ਵੱਲੋਂ ਉਹਨਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ ਗਈ ਤੇ ਉਹਨਾਂ ਨੂੰ ਇਲੈਕਸ਼ਨਜ਼ ਵਿੱਚ ਸਾਥ ਦੇਣ ਦਾ ਵਾਅਦਾ ਵੀ ਕੀਤਾ ਗਿਆ। ਇਸ ਮੌਕੇ ਤੇ ਪ੍ਰਿਤਪਾਲ ਸਿੰਘ ਵਾਲੀਆ ਹੋਣਾ ਦੇ ਨਾਲ ਨਾਲ ਹੋਰ ਵੀ ਕਈ ਸੱਜਣ ਖਾਸ ਤੌਰ ਤੇ ਪਹੁੰਚੇ ਹੋਏ ਸਨ ਤੇ ਉਹਨਾਂ ਨੇ ਵੱਧ ਚੜ੍ਹ ਕੇ ਸਤਨਾਮ ਪਰਿਹਾਰ ਨੂੰ ਸਾਥ ਦੇਣ ਦੀ ਗੱਲ ਕਹੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਸਤਨਾਮ ਵੀਰ ਦੇ ਹੱਥ ਮਲਮ ਮਜ਼ਬੂਤ ਕਰੀਏ ਔਰ 10 ਸਪਟੰਬਰ ਨੂੰ ਜਦੋਂ ਵੋਟਿੰਗ ਹੈ ਉਸ 'ਚ ਆਪਣੇ ਵੋਟ ਪਾ ਕੇ ਅਤੇ ਇਹਨਾਂ ਨੂੰ ਜਿਤਾਈਏ ਔਰ ਇਹਨਾਂ ਨੂੰ ਫੋਰ ਫਰਦਰ ਨਵੰਬਰ ਦੀ ਇਲੈਕਸ਼ਨ ਵਾਸਤੇ ਅੱਗੇ ਲੈ ਕੇ ਜਾਈਏ। ਸਾਨੂੰ ਹਰ ਥਾਂ 'ਤੇ ਜਿਹੜੀ ਪ੍ਰੋਬਲਮ ਹੈ ਜਿੱਦਾਂ ਸੀਨੀਅਰ ਸੈਂਟਰ ਛੋਟੇ ਬੱਚਿਆਂ ਨੂੰ ਲੋੜ ਹੈ, ਸਾਨੂੰ ਹਰ ਪ੍ਰੋਬਲਮ ਦੇ ਵਿੱਚ ਆ ਕੇ ਸਾਡਾ ਸਾਥ ਦੇਣ ਤਾਂ ਜੋ ਅਸੀਂ ਆਪਣੀ ਜਿਹੜੀਆਂ ਮੁਸ਼ਕਲਾਂ ਦੂਰ ਕਰ ਸਕੀਏ, ਕਿਉਂਕਿ ਸਭ ਤੋਂ ਜ਼ਿਆਦਾ ਟੈਕਸ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਉਹ ਜਿਹੜੇ ਇੰਡੀਅਨਸ ਭਰਦੇ ਆ ਔਰ ਬਿਲਕੁਲ ਕੋਈ ਬੈਨੀਫਿਟ ਨਹੀਂ ਮਿਲਦਾ ਸਾਨੂੰ। ਸਤਨਾਮ ਸਿੰਘ ਪਰਹਾਰ ਇੱਕ ਉਹ ਮੈਂਬਰ ਹੈ ਕਿ ਜਿਹੜਾ ਹਰ ਕਮਿਊਨਿਟੀ ਦੇ ਨਾਲ ਹਰ ਇੱਕ ਦੇ ਨਾਲ ਖੜਾ ਹੋ ਸਕੇ, ਹਰ ਇੱਕ ਦੀ ਗੱਲ ਸਮਝ ਸਕੇ ਤੇ ਹਰ ਇੱਕ ਲਈ ਆਵਾਜ਼ ਉਠਾ ਸਕੇ। ਕਈ ਗੁਰਦੁਆਰਾ ਕਮੇਟੀਆਂ ਦੇ ਪ੍ਰੈਜ਼ੀਡੈਂਟਸ ਵੀ ਇਸ ਫੰਡ ਰੇਜ਼ਿੰਗ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਨ, ਜਿਨ੍ਹਾਂ ਵਿੱਚ ਹਿੰਮਤ ਸਿੰਘ ਫਲਸ਼ਿੰਗ ਗੁਰੂਘਰ ਤੋਂ ਤੇ ਨਿਰਮਲ ਸਿੰਘ ਰਵਿਦਾਸ ਗੁਰੂਘਰ ਚੋਂ ਖਾਸ ਤੌਰ ਤੇ ਪਹੁੰਚੇ। ਸਤਨਾਮ ਸਿੰਘ ਪਰਹਾਰ ਹੋਣਾ ਨੇ ਗਲੋਬਲ ਪੰਜਾਬ ਟੀਵੀ ਨਾਲ ਵਿਸ਼ੇਸ਼ ਗੱਲਬਾਤ ਰਾਹੀਂ ਲੋਕਾਂ ਨੂੰ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਤੇ ਇਹ ਕਿਹਾ ਕਿ ਉਹ ਸਿਟੀ ਹਾਲ ਵਿੱਚ ਪੰਜਾਬੀਆਂ ਦੇ ਮੁੱਦਿਆਂ ਨੂੰ ਚੁੱਕਣਗੇ। ਸਤਿ ਸ਼੍ਰੀ ਅਕਾਲ ਜੀ, ਸੁਣ ਵਾਲਿਆਂ ਨੂੰ ਮੇਰੇ ਵੱਲੋਂ ਅਤੇ ਮੇਰੀ ਵਾਈਫ ਦਲਜੀਤ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਸਤਨਾਮ ਸਿੰਘ ਪਰਹਾਰ ਹੈ। ਮੈਂ ਸਿਟੀ ਕਾਉਂਸਲ ਡਿਸਟ੍ਰਿਕਟ 23 ਕੁਈਨ ਦੇ ਵਿੱਚੋਂ ਸਿਟੀ ਕਾਉਂਸਲ ਲਈ ਖੜਿਆ। ਮੈਨੂੰ ਅੱਜ ਤੁਹਾਡੀ ਬਹੁਤ ਬਹੁਤ ਸਪੋਰਟ ਦੀ ਜ਼ਰੂਰਤ ਹੈ। ਅੱਜ ਇੱਥੇ ਸਾਡੇ ਸ਼ਾਹੀ ਦਰਬਾਰ ਦੇ ਵਿੱਚ ਫੰਡ ਰੇਜ਼ਿੰਗ ਹੋਇਆ ਅਤੇ ਬਹੁਤ ਹੀ ਮੇਰਿਆਂ ਵੀਰਾਂ ਨੇ ਭੈਣਾਂ ਨੇ ਆ ਕੇ ਸਾਨੂੰ ਬਹੁਤ ਸਪੋਰਟ ਕੀਤਾ ਹੈ ਅਤੇ ਮੈਂ ਉਹਨਾਂ ਦਾ ਬਹੁਤ ਦਿਲ ਤੋਂ ਧੰਨਵਾਦੀ ਹਾਂ। ਅਤੇ ਦੂਸਰੇ ਪਲੀਜ਼ ਡੋਂਟ ਫੋਰਗੈਟ, ਪਲੀਜ਼ ਭੁੱਲਣਾ ਨਹੀਂ। ਜੇ ਕੋਈ ਪੰਜਾਬੀ ਅਮਰੀਕਨ ਸਿਆਸਤ ਵਿੱਚ ਆਉਂਦਾ ਹੈ ਤਾਂ ਪੰਜਾਬੀਆਂ ਨੂੰ ਉਹਨਾਂ ਦਾ ਸਾਥ ਦੇਣਾ ਜ਼ਰੂਰ ਚਾਹੀਦਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਸਤਨਾਮ ਸਿੰਘ ਪਰਹਾਰ ਦਾ ਸਾਥ ਕਿਸ ਤਰ੍ਹਾਂ ਦਿੰਦੇ ਨੇ। ਨਿਊਯਾਰਕ ਤੋਂ ਗਿੱਲ ਪ੍ਰਦੀਪ ਦੇ ਨਾਲ ਗਲੋਬਲ ਪੰਜਾਬ ਟੀਵੀ। ਪ੍ਰਵਾਸੀ ਪੰਜਾਬੀਆਂ ਦੇ ਗਿਲੇ ਸ਼ਿਕਵੇ ਦੂਰ ਕਰਨ ਦੇ ਲਈ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉੱਤਰੀ ਅਮਰੀਕਾ ਦੇ ਵਿੱਚ ਜੁੱਟੀ ਹੋਈ ਹੈ। ਇਸੇ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਪੂੰਦੜ ਦੇ ਵੱਲੋਂ ਕੈਲੀਫੋਰਨੀਆ ਨੇੜੇ ਮੰਟੀਕਾ ਸ਼ਹਿਰ ਦੇ ਵਿੱਚ ਯੂਥ ਅਕਾਲੀ ਦਲ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ ਗਿਆ। ਪ੍ਰਵਾਸੀ ਭਾਰਤੀਆਂ ਅਤੇ ਖਾਸ ਕਰ ਪੰਜਾਬੀਆਂ ਦੇ ਗਿਲੇ ਸ਼ਿਕਵੇ ਅਤੇ ਨਾਰਾਜ਼ਗੀਆਂ ਨੂੰ ਦੂਰ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇੰਨੀ ਦਿਨੀ ਉੱਤਰੀ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ 'ਚ ਪੂਰੀ ਸਰਗਰਮੀ ਦੇ ਨਾਲ ਬੈਠਕਾਂ ਅਤੇ ਕਾਨਫਰੰਸਾਂ ਕਰਨ ਦੇ ਵਿੱਚ ਜੁੱਟੀ ਹੋਈ ਹੈ।
ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਪੂੰਦੜ ਨੇ ਕੈਲੀਫੋਰਨੀਆ ਦੇ ਮੰਟਰੀਕਾ ਸ਼ਹਿਰ ਯੂਥ ਅਕਾਲੀ ਦਲ ਵੱਲੋਂ ਆਯੋਜਿਤ ਕੀਤੀ ਗਈ ਬੈਠਕ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਵਾਸੀਆਂ ਦੀਆਂ ਸਾਰੀਆਂ ਹੀ ਸਮੱਸਿਆਵਾਂ ਨੂੰ ਤਰਜੀਹੀ ਤੌਰ ਤੇ ਹੱਲ ਕਰਦੇ ਰਹੇ ਨੇ। ਕਾਨਫਰੰਸ ਨੂੰ ਪਰਮਜੀਤ ਸਿੰਘ ਪੰਮਾ, ਅਟਾਰਨੀ ਜਸਪ੍ਰੀਤ ਸਿੰਘ, ਨਰਿੰਦਰਪਾਲ ਸਿੰਘ ਹੁੰਦਲ ਅਤੇ ਯੂਥ ਅਕਾਲੀ ਦਲ ਕੈਲੀਫੋਰਨੀਆ ਦੇ ਯੂਥ ਅਕਾਲੀ ਆਗੂ ਰਵਿੰਦਰ ਸਿੰਘ ਬੋਇਲ ਨੇ ਵੀ ਸੰਬੋਧਿਤ ਕੀਤਾ ਤੇ ਆਪਣੀਆਂ ਇਹਨਾਂ ਨਾਲ ਇੰਨੀਆਂ ਮੁਸ਼ਕਲਾਂ ਨੂੰ ਜਾਣਨ ਵਾਸਤੇ ਕਿੱਥੇ ਆਏ ਹਨ। ਜਿਵੇਂ ਕਿ ਪਹਿਲਾਂ ਸਾਰੇ ਬੁਲਾਰਿਆਂ ਨੇ ਦੱਸਿਆ ਹੀ ਹੈ ਕਿ ਕੋਈ ਵੀ ਮੁਸ਼ਕਲ ਹੋਵੇ, ਕੋਈ ਵੀ ਕੁਐਸਚਨ ਹੋਵੇ, ਆਪਾਂ ਇਹਨਾਂ ਨੂੰ ਉੱਠ ਕੇ ਕਰ ਸਕਦੇ ਹਨ। ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਅਸੀਂ ਜਿਹੜਾ ਇੱਦਾਂ ਦਾ ਝੂਠਾ ਪ੍ਰਚਾਰ ਆ ਉਹਦੇ ਅਗੇਂਸਟ ਲਾਮਬੰਦ ਹੋਈਏ, ਇਕੱਠੇ ਹੋਈਏ ਅਤੇ ਜੋ ਵੀ ਸਾਨੂੰ ਸੇਧ ਰੱਖੜਾ ਸਾਹਿਬ ਦੇਣਗੇ ਜਾਂ ਭੁੰਦਰ ਸਾਹਿਬ ਦੇਣਗੇ ਅਸੀਂ ਉਹ ਉਹਦੇ 'ਤੇ ਚੱਲਣ ਨੂੰ ਤਿਆਰ ਹਾਂ ਤਾਂ ਕਿ ਇਹਨਾਂ ਬੰਦਿਆਂ ਨੂੰ ਟੱਕਰਿਆ ਜਾ ਸਕੇ ਜਿਹੜਾ ਬਿਲਕੁਲ ਝੂਠ ਦਾ ਪ੍ਰਚਾਰ ਕਰਦੇ ਆ। ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ 124ਵਾਂ ਜਨਮ ਦਿਨ ਬੇਗਮਪੁਰਾ ਐਜੂਕੇਸ਼ਨ ਐਂਡ ਕਲਚਰਲ ਸੁਸਾਇਟੀ ਆਫ ਸੈਕਰਾਮੈਂਟੋ ਦੀ ਸੰਗਤ ਦੇ ਵੱਲੋਂ ਮਨਾਇਆ ਗਿਆ। ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦਾ 124ਵਾਂ ਜਨਮ ਦਿਨ ਬੇਗਮਪੁਰਾ ਐਜੂਕੇਸ਼ਨਲ ਐਂਡ ਕਲਚਰਲ ਸੁਸਾਇਟੀ ਆਫ ਸੈਕਰਾਮੈਂਟੋ ਦੀ ਸੰਗਤ ਵੱਲੋਂ ਹੋਲੀਡੇ ਇਨ ਐਕਸਪ੍ਰੈਸ ਐਲਗਰੋ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਪਹੁੰਚੇ ਮਹਾਨ ਵਿਦਵਾਨਾਂ ਨੇ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਖਾਸ ਤੌਰ ਤੇ ਪਹੁੰਚੇ ਢਾਡੀ ਜਥਾ ਗਿਆਨੀ ਸੰਤ ਸਿੰਘ ਪਾਰਸ ਦੇ ਜਥੇ ਨੇ ਢਾਡੀ ਵਾਰਾਂ ਗਾ ਕੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ। ਬਾਬਾ ਸਾਹਿਬ ਦਾ ਜਨਮ 14 ਅਪ੍ਰੈਲ 1891 ਈਸਵੀ ਵਿੱਚ ਬ੍ਰਿਟਿਸ਼ ਸ਼ਾਸਨ ਕਾਲ ਦੌਰਾਨ ਪਿਤਾ ਰਾਮਜੀ ਸਕਪਾਲ ਅਤੇ ਮਾਤਾ ਪੀਮਾ ਬਾਈ ਮੁਰਬੇਦਕਰ ਦੇ ਘਰ ਹੋਇਆ। ਉਹਨਾਂ ਨੇ ਦਲਿਤਾਂ ਨੂੰ ਸਮਾਜ ਦੇ ਉੱਚੇ ਵਰਤਾਅ ਦੇ ਬਰਾਬਰ ਲਿਆਉਣ ਲਈ ਸੰਵਿਧਾਨ ਵਿੱਚ ਖਾਸ ਰਾਖਵਾਂਕਰਨ ਤੇ ਸਹੂਲਤਾਂ ਸ਼ਾਮਲ ਕਰ ਦਿੱਤੀਆਂ। ਜ਼ਿੰਦਗੀ ਭਰ ਦਲਿਤਾਂ ਅਤੇ ਸਮਾਜਿਕ ਤੌਰ ਤੇ ਪਛੜੀਆਂ ਜਾਤਾਂ ਲਈ ਲੜਦੇ ਰਹੇ। ਇਸ ਲਈ ਹੀ ਦਲਿਤ ਉਹਨਾਂ ਨੂੰ ਆਪਣਾ ਮਸੀਹਾ ਕਹਿੰਦੇ ਨੇ। ਉਹਨਾਂ ਦੀ ਯਾਦ ਵਿੱਚ ਅੱਜ ਬਹੁਤ ਸਾਰੀਆਂ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਨੇ। ਉਹਨਾਂ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿੱਤੀਆਂ ਨੇ ਉਹ ਨਾ ਭੁੱਲਣ ਯੋਗ ਨੇ। ਉਹਨਾਂ ਨੇ ਆਪਣਾ ਸਾਰਾ ਜੀਵਨ ਸਮਾਜ ਭਲਾਈ ਦੇ ਲੇਖੇ ਲਗਾ ਦਿੱਤਾ। ਕਿਉਂ ਨਾ ਆਪਾਂ ਇੱਕ ਐਫਰਟ ਕਰੀਏ ਕਿ 26 ਜਨਵਰੀ ਦੀ ਜਗ੍ਹਾ ਨਾ ਰੱਖਿਆ ਜਾਵੇ ਕਿ ਡਾਕਟਰ ਅੰਬੇਡਕਰ ਡੇ, ਬਿਕੋਜ਼ ਉਹਨਾਂ ਨੇ ਉਸ ਦਿਨ ਕਾਨਸਟੀਟਿਊਸ਼ਨ ਲਿਖਿਆ ਉਹ ਲਾਗੂ ਹੋਇਆ ਉਸ ਡੇਅ ਲਈ ਆਪਾਂ ਨੂੰ ਜਿਹੜੀ ਆ ਕਿ ਸਾਰਿਆਂ ਨੂੰ ਸਟਰਗਲ ਕਰਨੀ ਚਾਹੀਦੀ, ਉਹ ਡੇਅ ਜਿਹੜਾ ਉਸ ਦਿਨ ਦੇ ਨਾਂ ਦੇ ਸਪੈਸ਼ਲ ਡਾਕਟਰ ਸਾਹਿਬ ਦਾ ਰੱਖਣਾ ਚਾਹੀਦਾ ਤਾਂ ਕਿ ਦੁਨੀਆਂ ਦੇ ਵਿੱਚ ਪਤਾ ਲੱਗੇ ਕਿ ਹੂ ਇਜ਼ ਡਾਕਟਰ ਅੰਬੇਡਕਰ। ਇਹ ਜਿਹੜਾ ਕਾਸਟ ਸਿਸਟਮ ਆ ਇਹਨੇ ਦੇਸ਼ ਨੂੰ ਇੰਨਾ ਪਿੱਛੇ ਪਾ ਦਿੱਤਾ। ਹੁਣ ਅਸੀਂ ਦੇਖੋ ਇਸ ਸਮਾਜ ਦੇ ਵਿੱਚ ਜਿੱਥੇ ਰਹਿੰਦੇ ਹਾਂ ਇੱਥੇ ਜਾਤ ਪ੍ਰਧਾਨ ਸਮਾਜ ਨਹੀਂ। ਇਹਨਾਂ ਨੇ ਹਰ ਸਿਸਟਮ ਦੇ ਵਿੱਚ, ਹਰ ਅਧਿਕਾਰ ਦੇ ਵਿੱਚ ਜੋ ਵੀ ਇਹਨਾਂ ਨੇ ਕੰਮ ਕੀਤੇ ਆ ਉਹਨੂੰ ਆਪਣੀ ਆਲ ਓਵਰ ਆਪਣੀ ਗੌਰਮੈਂਟ ਦੀ ਸਟੈਂਪ ਲਾ ਕੇ ਇਹਨਾਂ ਨੂੰ ਕਾਨੂੰਨ ਬਣਾਏ ਜੋ ਸਾਡੇ ਵਾਸਤੇ ਜੋ ਅੱਜ ਅਸੀਂ ਇੱਥੇ ਬੈਠੇ ਮਾਰ ਰਹੇ ਹਾਂ। ਸੂਫੀ ਗਾਇਕਾ ਮਮਤਾ ਜੋਸ਼ੀ ਦੇ ਵੱਲੋਂ ਇੱਕ ਮਹੀਨਾ ਅਮਰੀਕਾ ਦੇ ਵਿੱਚ ਸੁਪਰ ਐਂਟਰਟੇਨਮੈਂਟ ਦੇ ਬੈਨਰ ਹੇਠ ਸ਼ੋਅ ਕੀਤੇ ਗਏ। ਮਮਤਾ ਜੋਸ਼ੀ ਦੀ ਭਾਰਤ ਵਾਪਸੀ ਸਮੇਂ ਵਿਦਾਇਗੀ ਪਾਰਟੀ ਰਿਚੀ ਰਿਚ ਪੈਲਸ ਦੇ ਵਿੱਚ ਬਲਵਿੰਦਰ ਸਿੰਘ ਬਾਜਵਾ ਦੇ ਪਰਿਵਾਰ ਦੇ ਵੱਲੋਂ ਦਿੱਤੀ ਗਈ। ਅੱਜ ਕੱਲ੍ਹ ਦੀ ਸ਼ੋਰ ਸ਼ਰਾਬੇ ਵਾਲੀ ਗਾਇਕੀ ਦੇ ਦੌਰ ਵਿੱਚ ਜਦੋਂ ਵੀ ਕੋਈ ਸੂਫੀ ਗਾਇਕੀ ਦਾ ਕੋਈ ਰੰਗ ਪੇਸ਼ ਕਰਦਾ ਹੈ ਤਾਂ ਉਹ ਮਨ ਨੂੰ ਬੜਾ ਸਕੂਨ ਦਿੰਦਾ ਹੈ। ਅੱਜ ਕੱਲ੍ਹ ਦੀ ਗਾਇਕੀ ਦੇ ਸਮੇਂ ਵਿੱਚ ਕਈ ਫਨਕਾਰ ਐਸੇ ਨੇ ਜਿਨ੍ਹਾਂ ਨੇ ਸੰਗੀਤ ਦੇ ਅਸਲ ਰੂਪ ਨੂੰ ਸਾਂਭ ਕੇ ਰੱਖਿਆ ਹੋਇਆ ਅਤੇ ਅੱਜ ਵੀ ਉਹ ਉਸੇ ਰੂਪ ਵਿੱਚ ਹੀ ਉਸਦੀ ਪੇਸ਼ਕਾਰੀ ਕਰਦੇ ਨੇ। ਇਸ ਤਰ੍ਹਾਂ ਦੇ ਕਲਾਕਾਰਾਂ ਵਿੱਚੋਂ ਇੱਕ ਨਾਂ ਬੜੇ ਅਦਬ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ, ਉਹ ਹੈ ਡਾਕਟਰ ਮਮਤਾ ਜੋਸ਼ੀ ਦਾ, ਜੋ ਕਿ ਪਿਛਲੇ ਇੱਕ ਮਹੀਨੇ ਤੋਂ ਅਮੈਰੀਕਾ ਵਿੱਚ ਵੱਖ ਵੱਖ ਹਿੱਸਿਆਂ 'ਚ ਆਪਣੇ ਸ਼ੋਅਜ਼ ਕਰ ਰਹੇ ਸਨ। ਉਹਨਾਂ ਦੇ ਸ਼ੋਅ ਸੁਪਰ ਐਂਟਰਟੇਨਮੈਂਟ ਦੇ ਬੈਨਰ ਹੇਠ ਪ੍ਰਸਿੱਧ ਪ੍ਰਮੋਟਰ ਬਲਵਿੰਦਰ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਉਲੀਕੇ ਗਏ ਸਨ,
ਜੋ ਕਿ ਬੇਹੱਦ ਸਫਲਤਾਪੂਰਵਕ ਨੇਪਰੇ ਚੜ੍ਹੇ। ਤਕਰੀਬਨ ਇੱਕ ਮਹੀਨੇ ਦੇ ਟੂਰ ਤੋਂ ਬਾਅਦ ਡਾਕਟਰ ਮਮਤਾ ਜੋਸ਼ੀ ਹੋਣਾ ਨੇ ਜਦੋਂ ਭਾਰਤ ਵਾਪਸੀ ਦੀ ਤਿਆਰੀ ਕੀਤੀ ਤਾਂ ਠੀਕ ਇੱਕ ਦਿਨ ਪਹਿਲਾਂ ਬਲਵਿੰਦਰ ਬਾਜਵਾ ਹੋਣਾ ਦੀ ਸਾਰੀ ਫੈਮਿਲੀ ਵੱਲੋਂ ਉਹਨਾਂ ਨੂੰ ਇੱਕ ਵਿਦਾਇਗੀ ਪਾਰਟੀ ਰਿਚੀ ਰਿਚ ਪੈਲਸ ਵਿੱਚ ਦਿੱਤੀ ਗਈ, ਜਿਸ ਵਿੱਚ ਮਮਤਾ ਜੋਸ਼ੀ ਹੋਣਾ ਨੇ ਆਪਣੀ ਸੁਚੱਜੀ ਗਾਇਕੀ ਦੇ ਕੁਝ ਰੰਗ ਪੇਸ਼ ਕੀਤੇ। ਇੰਨਾ ਪਿਆਰ, ਇੰਨੀ ਚੰਗੀ ਔਡੀਅੰਸ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀ ਇੱਥੇ ਔਡੀਅੰਸ ਵੇਖੀ। ਔਰ ਮਤਲਬ ਹੁਣ ਤਾਂ ਪੰਜਾਬ 'ਚ ਜਾ ਕੇ ਮੈਂ ਇਹ ਕਹਾਂਗੀ ਕਿ ਜਿਹੜੇ ਕਹਿੰਦੇ ਨੇ ਕਿ ਸਾਡੇ ਪੰਜਾਬੀ ਸੰਗੀਤ ਜਾਂ ਪੰਜਾਬੀ ਕੌਨਸਰਟਸ ਖਤਮ ਹੋ ਰਹੇ ਨੇ, ਪਰ ਇੱਥੇ ਆ ਕੇ ਲੱਗ ਰਿਹਾ ਕਿ ਹਨੇਰ ਪੂਰਾ ਚੱਲਦਾ ਇੱਥੇ। ਬਲਵਿੰਦਰ ਬਾਜਵਾ ਹੋਣਾ ਨੇ ਹਮੇਸ਼ਾ ਹੀ ਸੱਭਿਆਚਾਰਕ ਗੀਤ ਗਾਉਣ ਵਾਲਿਆਂ ਦੇ ਸ਼ੋਅਜ਼ ਕਰਵਾਏ ਨੇ। ਉਹਨਾਂ ਨੇ ਡਾਕਟਰ ਮਮਤਾ ਜੋਸ਼ੀ ਹੋਣਾ ਦੇ ਹੋਏ ਸ਼ੋਅਜ਼ ਬਾਰੇ ਦੱਸਿਆ ਅਤੇ ਨਾਲ ਹੀ ਹਰਭਜਨ ਮਾਨ ਉਹਨਾਂ ਦੇ ਆਉਣ ਵਾਲੇ ਸ਼ੋਅਜ਼ ਬਾਰੇ ਵੀ ਜਾਣਕਾਰੀ ਦਿੱਤੀ। ਸਾਡੇ ਆਉਣ ਵਾਲਾ ਜਿਹੜਾ ਸਤੰਬਰ ਅਕਤੂਬਰ ਦੇ ਵਿੱਚ ਹੈ, ਇੱਕ ਵਾਰੀ ਫਿਰ ਪੰਜਾਬੀਆਂ ਦਾ ਉਹ ਮਾਨ ਜਿਸਨੇ ਕਿ ਪੰਜਾਬੀ ਫਿਲਮ ਜਦੋਂ ਖਤਮ ਹੋ ਚੁੱਕੀ ਸੀ ਫਿਰ ਦੁਬਾਰਾ ਸ਼ੁਰੂ ਕਰਕੇ ਆਪਣੇ ਕੰਧਿਆਂ 'ਤੇ ਚੁੱਕ ਕੇ ਪੰਜਾਬੀ ਫਿਲਮਾਂ ਨੂੰ ਸਿਖਰਾਂ 'ਤੇ ਪਜਾਇਆ। ਦੋਨੇ ਹੀ ਭਰਾ ਸਤੰਬਰ ਅਕਤੂਬਰ ਦੇ ਵਿੱਚ ਆ ਰਹੇ ਹਨ, ਹਰਭਜਨ ਮਾਨ ਅਤੇ ਗੁਰਸੇਵਕ ਮਾਨ। ਉਮੀਦ ਹੈ ਕਿ ਤੁਸੀਂ ਉਹਨਾਂ ਨੂੰ ਅਤੇ ਸਾਨੂੰ ਵੀ ਹਰ ਵਾਰ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਪਿਆਰ ਦੇਵੋਗੇ। ਬਾਜਵਾ ਉਹਨਾਂ ਨੇ ਖਾਸ ਖਾਸ ਮਹਿਮਾਨਾਂ ਨੂੰ ਹੀ ਇਸ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਸੀ ਅਤੇ ਉਹਨਾਂ ਸਭ ਨੇ ਮਮਤਾ ਜੋਸ਼ੀ ਦੀ ਪਰਫੋਰਮੈਂਸ ਨੂੰ ਬੜਾ ਸਰਾਹਿਆ। ਬਹੁਤ ਹੀ ਵਧੀਆ ਸ਼ੋਅ ਸੀ, ਸੂਫੀ ਗਾਇਕੀ ਦਾ ਇੱਕ ਵਾਰੀ ਦੁਬਾਰਾ ਦੌਰ, ਬਹੁਤ ਵਧੀਆ ਸ਼ੋਅ ਆ ਰਿਹਾ, ਬਹੁਤ ਪ੍ਰਸੰਨਤਾ ਵਾਲਾ ਸ਼ੋਅ ਸੀ। ਇਹੋ ਜਿਹੇ ਸ਼ੋਅ ਆਉਂਦੇ ਰਹਿਣ, ਲੋਕਾਂ ਦਾ ਮਨੋਰੰਜਨ ਹੁੰਦਾ ਰਹੇ, ਲੋਕ ਅਸਲੀ ਗਾਇਕੀ ਨਾਲ ਜੁੜੇ ਰਹਿਣ। ਡਾਕਟਰ ਮਮਤਾ ਜੋਸ਼ੀ ਵਾਂਗੂ ਹੀ ਹਰ ਗਾਉਣ ਵਾਲੇ ਪੰਜਾਬੀ ਨੂੰ ਆਪਣੀ ਸੋਚ ਬਣਾਉਣੀ ਚਾਹੀਦੀ ਹੈ ਤਾਂ ਜੋ ਪੰਜਾਬੀ ਗਾਇਕੀ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਨਿਊਯਾਰਕ 'ਚ ਵੁੱਡਸਾਈਡ ਵਿਖੇ ਸ਼ਾਨਦਾਰ ਤੀਆਂ ਦਾ ਮੇਲਾ ਲਗਾਇਆ ਗਿਆ, ਜਿੱਥੇ ਕਿ 400 ਦੇ ਕਰੀਬ ਮੁਠਿਆਰਾਂ ਨੇ ਭਾਗ ਲਿਆ। ਸਾਉਣ ਦਾ ਮਹੀਨਾ ਪੰਜਾਬਣਾਂ ਦੇ ਲਈ ਇੱਕ ਖਾਸ ਮਹੀਨਾ ਹੈ ਕਿਉਂਕਿ ਇਸ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਇਹ ਤਿਉਹਾਰ ਤ੍ਰਿੰਝਣਾਂ ਵਿੱਚ ਚਰਖੇ ਕੱਤ ਕੇ, ਪਿੰਗਾਂ ਝੂਟ ਕੇ ਅਤੇ ਗਿੱਧਾ ਪਾ ਕੇ ਮਨਾਇਆ ਜਾਂਦਾ ਹੈ। ਪੰਜਾਬ ਦੀਆਂ ਤੀਆਂ ਦੀ ਯਾਦ ਨੂੰ ਤਾਜ਼ਾ ਕਰਵਾਉਂਦੇ ਹੋਏ ਨਿਊਯਾਰਕ ਦੀਆਂ ਮੁਟਿਆਰਾਂ ਵੱਲੋਂ ਵੁੱਡਸਾਈਡ ਵਿਖੇ ਇੱਕ ਸ਼ਾਨਦਾਰ ਤੀਆਂ ਦਾ ਮੇਲਾ ਲਗਾਇਆ ਗਿਆ, ਜਿਸ ਵਿੱਚ ਤਕਰੀਬਨ 400 ਦੇ ਕਰੀਬ ਕੁੜੀਆਂ, ਭਾਬੀਆਂ ਅਤੇ ਦਾਦੀਆਂ ਨੇ ਨੱਚ ਟੱਪ ਕੇ ਤੀਆਂ ਦਾ ਆਨੰਦ ਮਾਣਿਆ। ਬੇਸ਼ੱਕ ਇਹ ਤ੍ਰਿੰਝਣਾਂ ਦੀ ਘਾਟ ਤਾਂ ਮਹਿਸੂਸ ਹੋਈ, ਪਰ ਮੁਟਿਆਰਾਂ ਨੇ ਗਿੱਧਾ ਪਾ ਪਾ ਕੇ ਪੰਜਾਬ ਦੀਆਂ ਤੀਆਂ ਦਾ ਭੁਲੇਖਾ ਪਾ ਦਿੱਤਾ। ਪੰਜਾਬੀ ਗਾਇਕਾ ਸੀਮਾ ਮੱਟੂ ਨੇ ਆਪਣੇ ਹਿੱਟ ਗੀਤਾਂ ਰਾਹੀਂ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਚੱਲ ਟੁੱਟਣ ਚੱਲੀਏ, ਚੱਲ ਝੂਟਣ ਚੱਲੀਏ, ਵੱਡੇ ਵੀਰ ਦੀਏ ਨਾਰੇ, ਚੱਲ ਝੂਟਣ ਚੱਲੀਏ। ਪੰਜਾਬੀ ਮੁਟਿਆਰਾਂ ਸੋਹਣੇ ਸੋਹਣੇ ਸੂਟ ਪਾ ਕੇ ਸੱਜ ਧੱਜ ਕੇ ਤੀਆਂ ਦੇ ਮੇਲੇ ਵਿੱਚ ਮੇਲਣਾ ਬਣ ਕੇ ਸ਼ਾਮਲ ਹੋਈਆਂ। ਅੱਜ ਅਸੀਂ ਜੈਕਸਨ ਆਈ ਦੇ ਵਿੱਚ ਪਹਿਲਾਂ ਤੀਆਂ ਦਾ ਮੇਲਾ ਮਨਾ ਰਹੇ ਹਾਂ। ਸਾਰੀਆਂ ਰਲ ਮਿਲ ਮੁਟਿਆਰਾਂ ਗਿੱਧਾ ਪਾ ਕੇ, ਬੋਲੀਆਂ ਪਾ ਕੇ, ਨਾਲ ਨੱਚ ਕੇ, ਖਾ ਪੀ ਕੇ ਇਸ ਪ੍ਰੋਗਰਾਮ ਨੂੰ ਆਨੰਦ ਮਾਣਦੇ ਹਾਂ। ਅਸੀਂ ਇਹ ਮੇਲਾ ਤਾਂ ਕਰ ਰਹੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਕਲਚਰ ਬਾਰੇ ਸਿੱਖੇ, ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਕਲਚਰ ਨਾਲ ਜੁੜੇ। ਤਾਂ ਅਸੀਂ ਪੰਜਾਬ ਨੂੰ ਸਪੋਰਟ ਕਰ ਰਹੇ ਹਾਂ, ਪੰਜਾਬ ਬੋਲੀ ਨੂੰ ਸਪੋਰਟ ਕਰ ਰਹੇ ਹਾਂ, ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਆ ਕੇ ਸਾਨੂੰ ਸਪੋਰਟ ਕਰੋ। ਇਸ ਪ੍ਰੋਗਰਾਮ ਨੂੰ ਨੇਪਰੇ ਚੜ੍ਹਾਉਣ ਵਿੱਚ ਨਛੱਤਰ ਕੌਰ, ਆਸ਼ਾ ਰਾਣੀ, ਸੀਮਾ ਤੇ ਸੰਦੀਪ ਕੌਰ ਨੇ ਤਕਰੀਬਨ ਇੱਕ ਹਫ਼ਤੇ ਵਿੱਚ ਤੀਆਂ ਦੇ ਮੇਲੇ ਦੀ ਤਿਆਰੀ ਕੀਤੀ। ਪੰਜਾਬੀ ਗਾਇਕ ਐਲਸੀ ਲਾਲਾ ਨੇ ਵੀ ਇਸ ਮੇਲੇ ਨੂੰ ਸਫਲ ਕਰਨ ਲਈ ਮੁਟਿਆਰਾਂ ਦੇ ਇਸ ਉਪਰਾਲੇ ਵਿੱਚ ਉਹਨਾਂ ਦਾ ਸਾਥ ਦਿੱਤਾ। ਮੈਂ ਨਾ ਕੁੜੀਆਂ ਦਾ, ਚਿੜੀਆਂ ਦਾ, ਧੀਆਂ ਦਾ, ਭੈਣਾਂ ਦਾ, ਸਾਰੀਆਂ ਦਾ ਸ਼ੁਕਰਗੁਜ਼ਾਰ ਕਰਦਾ ਕਿ ਇੱਦਾਂ ਦੇ ਮੇਲੇ ਅਮੈਰੀਕਾ ਦੇ ਵਿੱਚ
ਬਾਹਰ ਦੀ ਕੰਟਰੀਆਂ ਦੇ ਵਿੱਚ ਲੱਗਣ ਤਾਂ ਸਾਡਾ ਕਲਚਰ ਨੂੰ ਹੋਰ ਵੀ ਚਾਰ ਚੰਦ ਲੱਗਦੇ ਨੇ। ਬਾਹਰਲੇ ਮੁਲਕਾਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਲਾਜ਼ਮੀ ਨੇ ਤਾਂ ਜੋ ਪੰਜਾਬ ਦੇ ਅਮੀਰ ਵਿਰਸੇ ਨੂੰ ਯਾਦ ਰੱਖਿਆ ਜਾ ਸਕੇ ਤੇ ਸਾਡੇ ਰੀਤੀ ਰਿਵਾਜ਼ ਤੇ ਤਿਉਹਾਰਾਂ ਦੀ ਮਹੱਤਤਾ ਕਾਇਮ ਰਹਿ ਸਕੇ। ਜਿਸ ਤਰ੍ਹਾਂ ਦੇ ਮੇਲੇ ਪਰਦੇਸਾਂ ਵਿੱਚ ਨਾ ਲੱਗਣ ਤਾਂ ਸਾਡਾ ਵਿਰਸਾ ਸਾਡੇ ਤੋਂ ਗਵਾਚ ਜਾਵੇਗਾ। ਲੋੜ ਹੈ ਇਸ ਤਰ੍ਹਾਂ ਦੇ ਮੇਲਿਆਂ ਨੂੰ ਹੁੰਗਾਰਾ ਦੇਣ ਦੀ ਤਾਂ ਜੋ ਸਾਡੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਗਵਾਚਣ ਨਾ ਦਿੱਤਾ ਜਾਵੇ। ਨਿਊਯਾਰਕ ਤੋਂ ਗਿੱਲ ਪ੍ਰਦੀਪ ਦੇ ਨਾਲ ਅਰਸ਼ਦੀਪ ਸਿੰਘ, ਗਲੋਬਲ ਪੰਜਾਬ ਟੀਵੀ। ਜੋ ਫਿਲਹਾਲ 30 ਮਿੰਟਸ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਪਰ ਅਗਲੇ ਹਫ਼ਤੇ ਫਿਰ ਤੋਂ ਹੋਰ ਅਪਡੇਟਸ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।